लो भी दोस्तों सारे वीरों को प्यार भरी सत श्रीकाल। उम्मीद है तुम सारे ठीक होंगे। मैं तुहाडा छोटा भरा अमृतपाल सिंह बब्बू ते इस वक्त खड़े हां कि भाई जी आपां बरनाले ट्रैक्टर की मंडी ते, ठीक है जी। अज तुहानूं दिखावांगे घंट घंट कंडीशनां दे ट्रैक्टर। वीडियो च पूरे बने रहो, बाई नाल गलबात करांगे, ठीक है जी। की मॉडल ने ते की रेट है, ठीक है जी। बने रहो वीडियो नाल। किन्ने मॉडल आई है? ये 2018 मॉडल है भाई। ਦਾ ਵੀ 2018 ਮਾਡਲ ਹੈਗਾ ਤੇ ਸਾਰਾ ਟਰੈਕਟਰ ਓਰੀਜਨਲ ਹੈ। ਸਾਰਾ ਓਰੀਜਨਲ ਫਸਟ ਪਾਰਟੀ ਦਾ PV19 ਨੰਬਰ ਆ, ਨਾਲ ਦੇ ਟਾਇਰ ਆ ਬਈ, ਨਾਲ ਦੇ ਟਾਇਰ ਆ 5 ਸਟਾਰ ਵਾਲਾ। ਹਾਂ, ਡਰਾਈਵਰ ਵੀ ਬੈਟਰੀ ਨਾਲ ਆ। ਤੇ ਕੀ ਰੇਟ ਰੱਖਿਆ ਹੋਇਆ? 30 ਸਪੀਡ ਆ ਇਹਦੇ। ਡਿਮਾਂਡ ਵੀ 6,30,000 ਰੁਪਏ। 6,30,000 ਰੁਪਏ ਲੈ ਬਈ ਜੀ। ਟ੍ਰੋਫੀ ਵਗੈਰਾ ਵਧੀਆ ਲੱਗੇ, ਬਾਕੀ ਮੌਕੇ ਤੇ ਵੀ ਮਾਨਤਾਨ ਕਰ ਦਾਂਗੇ। ਮੌਕੇ ਤੇ ਮਾਨਤਾਨ ਹੋ ਜੀ। ਹੋ ਜੀ ਤੇ ਇੱਕ ਇਹਦੇ ਉਹ ਸਿਸਟਮ ਵੀ ਲੱਗਿਆ ਹੋਇਆ ਨਾ ਵੀ ਕੱਲਾ ਬੰਦਾ ਖੋਜ ਲਈ ਅੰਦਰ ਰਹਿੰਦਾ ਆਪਣੇ ਹਰ ਪੌਂਡ ਨੂੰ ਨਾ। ਹਾਂ ਹਾਂ ਲੱਗਿਆ ਹੋਇਆ ਉਹ ਮਾਂਦਰਾ, ਠੀਕ ਹੈ ਜੀ। ਦੇਖ ਸਕਦੇ ਬਈ ਜੀ ਉਹ ਚੀਜ਼ ਵੀ ਲੱਗੀ ਹੋਈ ਹੈਗੀ ਤੇ ਡੰਡਾ ਰਾਵਲ ਵਗੈਰਾ ਨਾਲ ਹੈਗਾ। ਹੋ ਆ ਜੀ, ਓਕੇ ਰਿਪੋਰਟ ਆ ਜੀ ਤੇ ਮਾਤਾਂ ਨੂੰ ਫੁੱਲ ਹੋ ਜੂਗਾ ਸਾਰਾ ਮਾਤ। ਇਹ ਲਵੀ ਆਲੇ ਟਰੈਕਟਰ ਬਾਰੇ ਗੱਲਬਾਤ ਕਰਦੇ ਆ। DI 750 ਸੋਨਾ ਲਿਖਾ, ਠੀਕ ਹੈ। ਇਹ 2009 ਮਾਡਲ ਹੈ ਵੀਰੇ, ਠੀਕ ਹੈ। 2009 ਮਾਡਲ ਹੈਗਾ, ਟਾਇਰ ਨਵੇਂ ਆ ਇਹਦੇ, ਠੀਕ ਹੈ। ਸਾਰਾ ਟਰੈਕਟਰ ਜੈਨੂਨ ਹੈ? ਹਾਂ ਜੈਨੂਨ ਹੈ ਜੀ। ਲਵੀ ਸਾਰਾ ਟਰੈਕਟਰ ਇਹ ਵੀ ਜੈਨੂਨ ਆ, ਟਾਇਰ ਨਵੇਂ ਨੇ। ਦੇਖ ਸਕਦੇ ਬਈ ਜੀ ਜਿਵੇਂ ਕਰੀ ਆਪਾਂ ਅਜੇ ਤੱਕ ਆ ਡੁੰਮਣੇ ਵੀ ਨਹੀਂ ਦਿੱਤੇ ਹੋਏ ਨੇ। ਕੀ ਰੇਟ ਰੱਖਿਆ ਬਈ ਇਹਦੀ? ਡਿਮਾਂਡ ਵੀਰੇ 330 घोड़ा बंपर लगा ਫਾਈਬਰ ਦੀ ਛਤਰੀ ਨਾਲ ਆ, ਫਾਈਬਰ ਦੀ ਛਤਰੀ ਲੱਗੀ ਹੋਈ ਆ। ਓਕੇ ਰਿਪੋਰਟ ਆ ਗਿਆ ਨਾ। ਟਾਇਰ ਕਿੰਨੇ ਕੋਲ ਬਈ? ਇਹਦੇ ਟਾਇਰ ਹੋਣਗੇ ਬਈ 85 ਕੁ ਪੈਸੇ ਨਾਲ ਦੇ। ਲੈ ਵੀ 85 ਕੁ ਪੈਸੇ ਟਾਇਰ ਆ ਗਏ ਨਾਲ ਦੇ, ਠੀਕ ਹੈ ਜੀ। ਪਰ ਵੱਧ ਹੀ ਨੇ ਨਾ, ਜਿਵੇਂ ਵੱਧ ਹੀ ਨੇ ਆਪਾਂ, ਠੀਕ ਹੈ ਜੀ। ਪਰ ਘੱਟ ਦੇ ਸਕਦੇ, ਪਰ ਵੱਧ ਹੀ ਹੋਣਗੇ, ਠੀਕ ਹੈ ਜੀ। ਕੀ ਰੇਟ ਰੱਖਿਆ ਜੀ ਇਹਦੀ? 6,45 ਬਈ ਡਿਮਾਂਡ ਆ। 6,45 ਡਿਮਾਂਡ ਆ ਜੀ। ਮੌਕੇ ਤੇ ਕਰ ਦਾਂਗੇ, ਬਾਕੀ ਡਿਮਾਂਡ ਹੁੰਦਾ ਇੱਕ ਰੇਟ ਹੁੰਦਾ। ਹਾਂ ਰੇਟ ਤਾਂ ਕਰ ਲਾਂਗੇ ਮੌਕੇ ਤੇ। ਮੌਕੇ ਤੇ ਰੇਟ ਹੋ ਜਾਂਦਾ ਬਈ ਜੀ, ਇਹ ਡਿਮਾਂਡ ਆ ਕਿ ਪਰ ਰੇਟ ਮੌਕੇ ਤੇ ਰੇਟ ਹੋ ਜੀ। ਲੈ ਵੀ ਅਗਲਾ ਹੈਗਾ ਸੋਨਾਲੀਕਾ DI 60। ਤੇ ਕਿੰਨੇ ਮਾਡਲ ਆ ਜੀ ਇਹ? 2012 ਜੀ RX। RX ਸੋਨਾਲੀਕਾ। ਟਾਇਰ ਕਿੰਨੇ ਕੁ ਪੈਸੇ ਹੋਣਗੇ? ਟਾਇਰ ਹੋਣਗੇ ਵੀਰ 80-85 ਪੈਸੇ। 80-85 ਪੈਸੇ ਪਾਵਰ ਸਟੀਅਰਿੰਗ ਚ 12 ਮਾਡਲ ਤੇ ਸਾਈਡ ਗੇਅਰ ਨਾਲ, ਠੀਕ ਹੈ। ਤੇ ਇਹ ਵੀ ਸਾਰਾ ਜੈਨੂਨ ਹੈ? ਹਾਂ ਵੀ ਜੈਨੂਨ। ਤੇ ਜਿੰਨੇ ਟਰੈਕਟਰ ਹੋਣਗੇ 50 ਨੰਬਰ ਹੋਣਗੇ? ਹਾਂ 50 ਨੰਬਰ ਵੀ। ਜਿਹੜਾ ਹੋਊਗਾ ਹਰਿਆਣਾ ਦੱਸ ਕੇ ਕਹਾਂਗੇ ਵੀ ਹਰਿਆਣਾ, ਠੀਕ ਹੈ ਜੀ। ਤੇ ਪਿੰਡ ਸੈਂਟਰ ਵਗੈਰਾ ਦੀ ਵੀ ਦੱਸ ਕੇ ਦੇਣਾ? ਹਾਂ ਦੱਸ ਕੇ ਦਵਾਂਗੇ, ਠੀਕ ਹੈ। ਕੀ ਰੇਟ ਰੱਖੇ ਇਹਦਾ? ਇਹਦਾ 440 ਮੰਗਦੇ ਵੀ, ਕਰ ਲਾਂਗੇ ਬਾਕੀ ਮੌਕੇ ਤੇ, ਠੀਕ ਹੈ। ਲੈ ਵੀ 440 ਰੇਟ ਮੰਗੇਗਾ ਤੇ ਜਿਵੇਂ ਕਹਦੇ ਪੂਰਾ ਚਮਕਦਾਗਾ, ਠੀਕ ਹੈ ਜੀ। ਕੰਡੀਸ਼ਨ ਵਜੋਂ ਐਂਡ ਸਾਫ ਪਿਆਗਾ RX 60। ਤੇ ਲੈ ਵੀ ਜੀ ਅਗਲਾ ਹੈਗਾ 4 ਸਟਾਰ ਰਿਵਰਸ PTO ਤੇਲ ਬ੍ਰੇਕਾ ਸਵਰਾਜ 855 PV11 ਪੰਜਾਬ ਨੰਬਰ ਹੈਗਾ। ਤੇ ਕਿੰਨੇ ਮਾਡਲ ਆ ਜੀ ਇਹ? 14 ਜੀ। ਇਹ ਵੀ 14 ਮਾਡਲ ਹੈਗਾ ਤੇ ਪਾਵਰ ਸਟੀਅਰਿੰਗ ਚ ਆ ਜਾਂਦਾ। ਟਾਇਰ ਕਿੰਨੇ ਕੁ ਪੈਸੇ ਹੁੰਦੇ? ਟਾਇਰ ਲਾ ਲਓ ਬਈ ਅੱਧੇ ਹੋਣਗੇ, ਠੀਕ ਹੈ ਜੀ। ਅੱਧੇ ਕੁ ਟਾਇਰ ਨੇਗੇ, ਠੀਕ ਹੈ ਜੀ। ਕੀ ਰੇਟ ਰੱਖਿਆ ਜੀ ਇਹਦਾ? ਇਹਦਾ 475 ਜੀ। 475 ਬਾਕੀ ਹੋ ਜੂ ਮੌਕੇ ਤੇ? ਲੈ ਵੀ ਬਾਕੀ ਮੌਕੇ ਤੇ ਹੋ ਜੂਗਾ। ਪਾਵਰ ਸਟੀਅਰਿੰਗ ਚ ਆ ਕੇ 4 ਸਟਾਰ ਚ ਰਿਵਰਸ PTO ਕੰਡੀਸ਼ਨ ਇਹ ਵੀ ਓਕੇ ਆ। ਸੈਂਟਰ ਗੇਅਰ ਚ ਆ ਜਾਂਦਾ। ਲੈ ਵੀ ਜੀ ਅੱਗੇ ਹੈਗਾਗਾ ਇਹ 2013 ਮਾਡਲ। ਲੈ ਵੀ 2013 ਮਾਡਲ ਤੇ ਫਰੰਟ ਟਾਇਰ ਵੱਡੇ ਪਏ ਜੀ? ਹਾਂਜੀ ਫਰੰਟ ਟਾਇਰ ਵੱਡੇ ਨੇ। ਲੈ ਵੀ ਫਰੰਟ ਟਾਇਰ ਵੱਡੇ ਪਏ ਨੇਗੇ, MRF ਦੇ ਟਾਇਰ ਨੇਗੇ ਫਰੰਟ। ਇਹ ਕੰਡੀਸ਼ਨ ਵਜੋਂ ਓਕੇ ਆ। ਤੇ ਬੈਕ ਟਾਇਰ ਕਿੰਨੇ ਹੋਣਗੇ ਜੀ? ਬੈਕ ਇਹਦੇ ਹੋਣਗੇ 65 ਪੈਸੇ ਬਈ। ਲੈ ਵੀ 65 ਪੈਸੇ ਪਿਛਲੇ ਟਾਇਰ ਨੇ। ਸਾਈਡ ਗੇਅਰ ਹੈਗਾ ਇਹਦਾ। ਇਹਦਾ ਕੀ ਰੇਟ ਹੈ? ਇਹਦਾ 4,10,000 ਰੁਪਏ ਬਈ। 2013 ਮਾਡਲ ਆ, ਫਾਈਬਰ ਫੂਬਰ ਸਾਰਾ ਕੁਝ ਨਾਲ। ਲੈ ਜੀ ਫਾਈਬਰ ਦੀ ਛਤਰੀ ਪੂਰਾ ਇਹ ਵੀ ਹਾਰਾ ਸੰਗਾ ਹੋਣਾ ਜੀ, ਸਾਰਾ ਕੁਝ ਨਾਲ, ਠੀਕ ਹੈ ਜੀ। ਬਾਕੀ ਮੂਰੇ ਸੀਜ਼ਨ ਆਉਣ ਵਾਲਾਗਾ, ਇਹਨਾਂ ਝੋਟੇ ਹਰਿਆਣਾ ਦੀ ਲੋੜ ਪੈਣੀ ਆ। ਹਾਂ ਤੇ ਲੈ ਬਈ ਜੀ ਤੜਕੇ ਲਾਈਵ ਚ ਬਹੁਤ ਕਮੈਂਟ ਆਏ ਗਿਆ ਵੀ 53 ਦੱਸ ਦਿਖਾ ਦੋ ਨਾ। ਲਾਈਵ ਚ ਵੀ ਦਿਖਾਏ ਸੀ ਤੇ ਹੁਣ ਤੁਹਾਨੂੰ 2008 ਮਾਡਲ ਦਿਖਾ ਦਿੰਦੇ, ਠੀਕ ਹੈ ਜੀ। ਤੇ ਇਹ ਵੀ ਸਾਰਾ ਟਰੈਕਟਰ ਜੈਨੂਨ ਹੈ? ਹਾਂ ਜੈਨੂਨ ਵੀਰੇ ਸਾਰਾ, ਠੀਕ ਹੈ ਜੀ। ਸਾਰਾ ਟਰੈਕਟਰ ਜੈਨੂਨ ਹੈ। ਸਾਈਡ ਗੇਅਰ ਚ ਆ ਜਾਂਦਾਗਾ, ਠੀਕ ਹੈ ਜੀ। ਪਾਵਰ ਸਟੀਅਰਿੰਗ ਇਹਦੇ ਵੀ 60 ਪੈਸੇ ਨੇ ਵੀਰੇ। 60 ਪੈਸੇ ABC ਗੇਅਰ, ਇਹ ABC ਗੇਅਰ ਵਾਲਾਗਾ ਇਹ। ਮਗਰਾਟਾ ਵਗੈਰਾ ਇਹ ਡਬਲ PTO ਵੀਰੇ, ਡਬਲ PTO ਚ ਆ ਜਾਂਦਾ। ਇਹ ਮਗਰਾਟਾ ਵਗੈਰਾ ਦੀ ਕੰਡੀਸ਼ਨ ਵੀ ਸਾਫ ਹੀ ਹੈਗੀ। ਇਹ ਡਬਲ PTO ਆ ਗਿਆ ਬਾਈ, ਠੀਕ ਹੈ ਜੀ। ਕੀ ਰੇਟ ਰੱਖੇ ਇਹਦਾ? 470 ਡਿਮਾਂਡ ਆ, ਕਰ ਲਾਂਗੇ ਬਾਕੀ ਮੌਕੇ ਤੇ। 470 PV46 PV46 ਇਹ ਵੀ ਅਗਲਾ ਹੈਗਾਗਾ ਇਸ 2013 ਮਾਡਲ। 855 ਜਿੰਨੀ ਜਾਣਾ ਨਾ, 855 ਦੀ ਥਾਂ ਇਹ ਕੰਮ ਕਰਦਾ ਨਾ। ਹਾਂ ਟਰਾਲੀ ਟਰੂਲੀ ਨੂੰ ਇਹ ਵੀ ਪੂਰਾ ਝੋਟਾਗਾ। ਹਾਂ ਹਾਂ ਤੇ 13 ਮਾਡਲ ਆ। ਟਾਇਰ ਕਿੰਨੇ ਕੁ ਪੈਸੇ? ਟਾਇਰ ਹੋਣਗੇ ਇਹਦੇ ਬਈ 55 ਕੁ ਪੈਸੇ। 50 ਪੈਸੇ ਟਾਇਰ ਪੈਣਗੇ।
ਕੰਡੀਸ਼ਨ ਬਜੋ ਸਾਫ ਹੋਵੇ ਜੀ ਬਿਨਾ ਪਾਵਰ ਸਟੀਅਰਿੰਗ ਤੋਂ ਆਉਂਦਾ ਸੈਂਪਲ ਸਟੀਅਰਿੰਗ 2013 ਮਾਡਲ 2013 ਮਾਡਲ ਕੀ ਰੇਟ ਰੱਖਿਆ ਜੀ ਇਹਦਾ 240 ਜੀ 240 ਜੇ ਆਪਾਂ ਇਸ ਵਕਤ ਜੇ ਰੇਟ ਮੰਡੀ ਦਾ ਦੱਸੀਏ 2.5 ਲੱਖ ਰੁਪਏ ਹਾਂ ਹਾਂ डिमांड जिवे हरियाणा थोड़ी घट है पर पंजाब चीज की बहुत ज्यादा खासियत खासियत ने जी ठीक है ਤੇ ਕਿੰਨੇ ਮਾਡਲ ਆ ਜੀ ਇਹ ਮਾਡਲ ਬਈ 2015 ਲੈ ਵੀ 2015 ਮਾਡਲ ਆ ਤੇ ਇਹ ਵੀ ਸਾਰਾ origignal ਟਰੈਕਟਰ ਹੈ ਹਾਂ ਇਹ origignal ਆ ਬਈ ਤੇ ਟਾਇਰ ਵੀ ਨਾਲ ਦੀ ਆ ਟਾਇਰ ਵੀ ਨਾਲ ਦੀ ਹਾਂ ਲੈ ਵੀ ਟਾਇਰ ਵੀ ਨਾਲ ਦੀ ਆ ਜੋ ਬਾਈ ਕਹਿੰਦਾ ਤੇ ਕੀ ਰੇਟ ਰੱਖੇ ਜੀ ਇਹਦਾ 485 ਜੀ 485 485000 ਰੁਪਏ ਰੇਟ ਰੱਖੇਗਾ ਲੈ ਵੀ ਅੱਗੇ ਆ ਗਿਆ ਸਵਰਾਜ 855 2 ਸਟਾਰ ਹਾਂ ਕਿੰਨੇ ਮਾਡਲ ਆ ਇਹ 2009 ਮਾਡਲ ਆ ਬਈ 2009 ਮਾਡਲ ਆ ਟਾਇਰਾਂ ਦੀ ਕੰਡੀਸ਼ਨ ਕਿੰਨੀ ਪਾਵਰ ਸਟੀਅਰਿੰਗ ਆ ਦੂਜਾ ਹਿੱਸਾ ਲਾ ਕੇ ਡਬਲ ਪੰਪ ਲੱਗਿਆ ਬਈ ਡਬਲ ਪੰਪ ਲੱਗਿਆ ਹਾਂ ਜੀ साफ पेगा जेडे वीर कहंदे ने भाई स्टैंडर्ड 450 तो गाओ ठीक है जी आ लियो भाई आज 450 भी लाए आ लाएगा 5310 किन्ने मॉडल है जी ये 2010 2010 मॉडल है पावर स्टीयरिंग च पावर स्टीयरिंग भी ठीक है जी टायर किन्ने पैसे ने टायर इदे भी 70-75 पैसे ने 70-75 पैसे टायर ने साइड गियर च ए भी डबल पीटी च आ जाने नहीं सिंगल पीटी भाई ये सिंगल पीटी च ये स्लोपी वगैरह ਤੁਸੀਂ ਦੇਖ ਸਕਦੇ ਵਧੀਆ ਲੱਗੇ ਫਾਈਬਰ ਦੀ ਕੀ ਰੇਟ ਰੱਖਿਆ ਜੀ ਇਹਦਾ 470 ਜੀ 470 ਜੀ 470 ਰੇਟ ਰੱਖਿਆ ਕੰਡੀਸ਼ਨ ਦਾ ਸਾਰਾ ਸਾਫ ਹੈ ਜੈਨੂਨ ਪਿਆ ਠੀਕ ਹੈ ਓਕੇ ਰਿਪੋਰਟ ਤੇ ਮੋਬਾਈਲ ਨੰਬਰ ਦੱਸੋ ਭਾਈ 97798 ਹਾਂਜੀ 86359 ਠੀਕ ਹੈ ਭਾਈ ਇਹ ਸਾਰੇ ਟਰੈਕਟਰ ਬਈ ਸੰਗੇੜੇ ਮਿਲਣਗੇ ਸਰਪੰਚ ਟਰੈਕਟਰ ਗੈਰਜ ਤੇ ਸਰਪੰਚ ਟਰੈਕਟਰ ਗੈਰਜ ਤੇ ਸੰਗੇੜਾ ਪਿੰਡ ਸੰਗੇੜਾ ਸੰਗੇੜਾ ਬਈ ਬਰਨਾਲੇ ਤੋਂ ਤਕਰੀਬਨ 4-5 ਕਿਲੋਮੀਟਰ ਦੀ ਦੂਰੀ ਤੇ 2-3 ਕਿਲੋਮੀਟਰ 2-3 ਕਿਲੋਮੀਟਰ ਠੀਕ ਹੈ ਜਿੰਨੇ ਟਰੈਕਟਰ ਦਿਖਾਏ ਸੀ ਬਾਈ ਜੀ ਸਾਰੇ ਤੁਹਾਨੂੰ ਸੰਘੇੜੇ ਮਿਲਣਗੇ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਠੀਕ ਹੈ ਬਾਈ ਧੰਨਵਾਦ ਬਾਈ ਜੀ।